ਨਲੀ ਮਤਦਲ ਤੋਂ ਧੰਨਵਾਦ ਕਰਦਾ ਹਾਂ तकरीबन 13 ਮਹੀਨੇ ਹੋ ਚੁੱਕੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੂੰ ਪੰਜਾਬੀਆਂ ਦੇ ਲਈ ਦਿਨ ਰਾਤ ਸੇਵਾ ਕਰਦੇ ਹੋਏ ਆਪਣਾ ਕੰਮ ਕਰਦੇ ਹੋਏ ਤੇ ਜਿਸ ਉਮੀਦਾਂ ਨਾਲ ਜਿਸ ਆਸਾਂ ਨਾਲ ਪੰਜਾਬ ਨੇ 2022 ਦੇ ਵਿੱਚ ਵੋਟਾਂ ਪਾਈਆਂ ਸੀ ਉਸ ਦੇ ਉੱਤੇ ਸਾਡੇ ਸਾਰੇ ਹੀ ਐਮਐਲਏ ਸਹਿਬਾਨ ਸਾਡੇ ਮੰਤਰੀ ਸਹਿਬਾਨ ਮੇਰੇ ਸਾਥੀ ਸਹਿਬਾਨ ਤੇ ਸਾਡੇ ਮੁੱਖ ਮੰਤਰੀ ਸਹਿਬਾਨ ਦਿਨ ਰਾਤ ਲੱਗੇ ਹੋਏ ਆ ਮੈਨੂੰ ਮੇਰੇ ਮੁੱਖ ਮੰਤਰੀ ਸਾਹਿਬ ਨੇ ਉਹ ਮਹਿਕ ਮੇਰੀ ਜ਼ਿੰਮੇਦਾਰੀ ਦਿੱਤੀ ਜਿਹੜਾ ਮਹਿਕਾ ਉਹਨਾਂ ਦੇ ਦਿਲ ਦੇ ਸਭ ਤੋਂ ਕਰੀਬ ਹੈ ਉਹ ਮਹਿਕਮਾ ਜੋ ਆਮ ਆਦਮੀ ਪਾਰਟੀ ਦੀ ਪਹਿਚਾਨ ਬਣ ਚੁੱਕਿਆ ਉਹ ਮਹਿਕਮਾ ਜੋ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦੇ ਸਭ ਤੋਂ ਕਰੀਬ ਹੈ ਸਿੱਖਿਆ ਦਾ ਜਦੋਂ ਵੀ ਇਸ ਦੇਸ਼ ਦੇ ਵਿੱਚ ਇਹ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਉਪਲਬਧੀ ਹੈ ਕਿ ਇਸ ਦੇਸ਼ ਦੇ ਵਿੱਚ ਇੱਕ ਲੋਟੀ ਪਾਰਟੀ ਆ ਜਿਹਦਾ ਜਦੋਂ ਨਾਮ ਆਉਂਦਾ ਤਾਂ ਨਾਲ ਹੀ ਸਿੱਖਿਆ ਤੇ ਸਿਹਤ ਦੀ ਗੱਲ ਹੋ ਜਾਂਦੀ ਹੈ ਅੱਜ ਪਹਿਲੇ ਸਾਲ ਦੇ ਵਿੱਚ ਹੀ ਅਸੀਂ ਦਿਨ ਰਾਤ ਮਿਹਨਤ ਕਰਕੇ ਤੇ ਉਹ ਤੱਤ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੇ ਆ ਜਿਸ ਨੂੰ ਸਾਰੇ ਆਪ ਸਭ ਮੀਡੀਆ ਦੇ ਸਾਥੀਆਂ ਨੂੰ ਮੈਂ ਜਿੱਥੇ ਵੀ ਜਾਂਦਾ ਮੈਂ ਹਮੇਸ਼ਾ ਇਹ ਬੇਨਤੀ ਕਰਦਾ ਵੈਰੀਫਾਈ ਕਰ ਲਿਓ ਕਿਉਂਕਿ ਇਹ ਨਹੀਂ ਕਿ ਅਸੀਂ ਝੂਠ ਬੋਲ ਇਸ ਕਰਕੇ ਜੇ ਬਾਈ ਚਾਂਸ ਫਿਰ ਵੀ ਕਿਤੇ ਕਮੀ ਲੱਭ ਗਈ ਹੋਵੇ ਤਾਂ ਸਾਨੂੰ ਦੱਸੋ ਅਸੀਂ ਉਸ ਨੂੰ ਵੀ ਸੁਧਾਰਾਂਗੇ ਪੰਜਾਬ ਦੇ ਸਿੱਖਿਆ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਜੀ ਇਹ ਗੱਲ ਤੁਸੀਂ ਵੈਰੀਫਾਈ ਕਰ ਸਕਦੇ ਹੋ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਕਿਤਾਬਾਂ ਟਾਈਮ ਤੇ ਪਹੁੰਚੀਆਂ ਬਲਕਿ 80% ਸਕੂਲਾਂ ਦੇ ਵਿੱਚ ਤਾਂ 31 ਮਾਰਚ ਤੋਂ ਪਹਿਲਾਂ ਪਹੁੰਚ ਚੁੱਕੀਆਂ ਸੀ ਐਜ਼ ਆਫ ਡੇਟ ਸਾਡੀਆਂ 98% ਕਿਤਾਬਾਂ ਆਲਰੇਡੀ ਸਕੂਲਾਂ 'ਚ ਪਹੁੰਚ ਚੁੱਕੀਆਂ ਕਿਤੇ ਕੋਈ ਟਾਈਟਲਸ ਕਿਤੇ ਕੋਈ ਮਿਸਪ੍ਰਿੰਟ ਕਿਤੇ ਕੋਈ ਉਹ ਉਹ ਵੀ 트랜ਜ਼ੈਕਸ਼ਨ 'ਚ ਇਹ ਗੱਲ ਪਤਾ ਕੀ ਮੈਨ ਲੱਗੀ ਜਦੋਂ ਮੈਂ ਪਿਛਲੇ ਸਾਲ ਸਕੂਲਾਂ 'ਚ ਗਿਆ ਇਸੀ ਕਰਕੇ ਸਕੂਲਾਂ ਜਾਣਾ ਬਹੁਤ ਜ਼ਰੂਰੀ ਹੈ ਮੈਂ ਜਾ ਕੇ ਦੇਖਿਆ ਤਾਂ ਟੀਚਰਸ ਨੇ ਮੈਨੂੰ ਦੱਸਿਆ ਕਿ ਅਕਤੂਬਰ ਨਵੰਬਰ ਤੱਕ ਕਿਤਾਬਾਂ ਹੀ ਨਹੀਂ ਆਉਂਦੀਆਂ ਫੋਟੋ ਸਟੇਟਾਂ ਨਾਲ ਬੱਚਿਆਂ ਨੂੰ ਪੜਾ ਰਹੇ ਆ ਪਹਿਲੇ ਸਾਲ ਦੀ ਉਪਲਬਧੀ ਹੈ ਜੀ ਸਾਡੀ ਇਸ ਦੇ ਨਾਲ ਹੀ ਯੂਨੀਫਾਰਮਸ ਯੂਨੀਫਾਰਮਸ ਦਾ ਪੈਸਾ ਸਤੰਬਰ ਅਕਤੂਬਰ ਤੱਕ ਨਹੀਂ ਜਾਂਦਾ ਸੀਗਾ ਪਰ ਮਾਨ ਸਾਹਿਬ ਦੀ ਸਰਕਾਰ ਨੇ 15 ਦਿਨ ਪਹਿਲਾਂ 유ਨੀਫਾਰਮਸ ਦਾ ਪੈਸਾ ਸਾਰਾ ਰਿਲੀਜ਼ ਕਰ ਦਿੱਤਾ ਜਿੰਨਿਆਂ ਤੱਕ ਪਹੁੰਚ ਚੁੱਕੇ ਤੇ ਹੁਣ ਸਕੂਲਾਂ ਤੱਕ ਵੀ ਪਹੁੰਚ ਚੁੱਕੇ ਆ ਹਜੇ ਦਾਖਲੇ ਜਾਰੀ ਜਾਰੀ ਨੇ ਪਰ ਉਸ ਤੋਂ ਪਹਿਲਾਂ 유ਨੀਫਾਰਮਸ ਵੀ ਪਹੁੰਚ ਚੁੱਕੀਆਂ ਇਹ ਸਰਕਾਰੀ ਸਕੂਲਾਂ ਦੀ ਬਦਲਦੀ ਹੋਈ ਤਸਵੀਰ ਹੈ ਇਸ ਦਾ ਸਿਰ ਇਹ ਹੋਇਆ ਕਿ ਸਾਡੇ ਦਾਖਲੇ ਇਸ ਵਾਰੀ ਉਹਦੇ ਵਿੱਚ ਰਿਕਾਰਡ ਵਾਦਾ ਹੋਇਆ ਪਿਛਲੇ ਸਾਲ ਮੈਨੂੰ ਯਾਦ ਹੈ ਤੁਸੀਂ ਟਵੀਟ ਕੱਟ ਕੇ ਦੇਖ ਲਿਓ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਤਾਂ ਖੁੱਲਾ ਚੈਲੰਜ ਹੈ ਮੇਰਾ ਕੋਈ ਇੱਕ ਟਵੀਟ ਸੁਖਵੀਰ ਬਾਦਲ ਦਾ ਹਰ ਸਿਮਰਤ ਕੌਰ ਬਾਦਲ ਦਾ ਰਾਜਾ ਵੜਿੰਗ ਦਾ ਪ੍ਰਗਟ ਸਿੰਘ ਦਾ ਕਿਸੇ ਦਾ ਦਿਖਾ ਦਿਓ ਸਿੱਖਿਆ ਦੇ ਉੱਤੇ ਕਦੀ ਨਹੀਂ ਕੀਤਾ ਕਦੀ ਸਰਕਾਰੀ ਸਕੂਲ ਦੀ ਗੱਲ ਹੀ ਨਹੀਂ ਕੀਤੀ ਓਪਨ ਚੈਲੰਜ ਕਿਸੇ ਹੋਰ ਵਿਰੋਧੀ ਪਾਰਟੀ ਦੇ ਲੀਡਰ ਦਾ ਕੋਈ ਟਵੀਟ 2022 ਤੋਂ ਪਹਿਲਾਂ ਸਿੱਖਿਆ ਤੇ ਦਿਖਾ ਦਿਓ ਨਹੀਂ ਜਦੋਂ ਮੌਕਾ ਸੀ ਕੰਮ ਨਹੀਂ ਕੀਤਾ ਤੇ ਜਦੋਂ ਸਾਡੀ ਵਾਰੀ ਆਈ ਚੰਗੀ ਗੱਲ ਹੈ ਜੇ ਕਿਤੇ ਕੋਈ ਕਮੀਆਂ ਕਰੰਟ ਟਵੀਟ ਪਰ ਘੱਟੋ ਘੱਟ ਸਿੱਖਿਆ ਦੀ ਗੱਲ ਕਰਨੀ ਤਾਂ ਸ਼ੁਰੂ ਕੀਤੀ ਆਪਣੀ ਵਾਰੀ ਤੱਕ ਇਹਦੀ ਪਰਵਾਹੀ ਨਹੀਂ ਕੀਤੀ ਪ੍ਰਗਤ ਸਿੰਘ ਜੀ ਨੇ ਮੈਨੂੰ ਯਾਦ ਹੈ ਪਿਛਲੇ ਸਾਲ ਜਦੋਂ ਅੰਕੜਾ ਹੈ ਤਾਂ ਟਵੀਟ ਕੀਤਾ ਕਿ ਜੀ -7% ਬੱਚੇ ਘਟ ਗਏ ਤੇ ਮੈਂ ਉਸ ਦਾ ਜਵਾਬ ਦਿੱਤਾ ਸੀ ਮੈਂ ਕਿਹਾ ਜਨਾਬ ਜਦੋਂ ਇਹ ਬੱਚਿਆਂ ਦੀ ਦਾਖਲੇ ਦੀ ਜ਼ਿੰਮੇਵਾਰੀ ਸੀ ਨਾ ਤਾਂ ਉਦੋਂ ਪੰਜਾਬ ਦੇ ਸਿੱਖਿਆ ਮੰਤਰੀ ਤੁਸੀਂ ਸੀ ਸਾਡੀ ਤਾਂ ਸਰਕਾਰ ਬਣੀ April March ਦੇ ਵਿੱਚ 4 ਅਪ੍ਰੈਲ ਤੱਕ ਤਾਂ ਦਾਖਲੇ ਹੋ ਜਾਂਦੇ ਆ ਕਿਵਲੇ ਜਦੋਂ ਵੀ ਤੁਸੀਂ ਸਿਸਟਮ ਨੂੰ ਸਹੀ ਕਰਨਾ ਤਾਂ ਤਾਂ ਉਹਨੂੰ 3-4 ਮਹੀਨੇ ਪਹਿਲਾਂ ਲੱਗਦੇ ਆ ਅਸੀਂ ਜਿੱਥੇ ਪਹੁੰਚੇ ਆ ਅਸੀਂ ਨਵੰਬਰ ਤੋਂ ਤਿਆਰੀ ਕਰਕੇ ਪਹੁੰਚੇ ਆ ਤੁਸੀਂ ਕੋਈ ਕੰਮ ਹੀ ਨਹੀਂ ਕੀਤਾ ਤੁਹਾਡਾ ਰਿਪੋਰਟ ਕਾਰਡ ਹੈ -7% ਤੁਸੀਂ ਪੰਜਾਬ ਦੇ ਸਕੂਲਾਂ ਦੇ ਵਿੱਚੋਂ 2 ਲੱਖ ਬੱਚਾ ਘਟਾ ਦਿੱਤਾ -7% ਅੱਜ ਐਡਮਿਸ਼ਨ ਜਾਰੀ ਹੈ ਜੀ ਤੇ ਮੈਨੂੰ ਦੱਸ ਦੇ ਖੁਸ਼ੀ ਹੋ ਰਹੀ ਹੈ ਕਿ ਸਿਰਫ ਪ੍ਰਾਇਮਰੀ ਕੁਲਿਸ ਕੈਂਟਰੀ ਦੇ ਵਿੱਚ 11ਵੀਂ 12ਵੀਂ ਹਜੇ ਸਿਰਫ 8ਵੀਂ ਦਾ ਰਿਜ਼ਲਟ ਆਇਆ 10ਵੀਂ ਦਾ ਆਊਗਾ ਫਿਰ 12ਵੀਂ ਦਾ ਆਊਗਾ ਫਿਰ ਉਸ ਵਕਤ 11ਵੀਂ ਦੇ ਦਾਖਲੇ ਹੋਣਗੇ ਉਹ ਅਲੱਗ 30 ਮਈ ਤੱਕ ਚੱਲਦਾ ਰਹੂਗਾ ਪਰ ਐਜ਼ ਆਫ ਡੇਟ ਅੱਜ 1 ਮਈ ਨੂੰ ਅਸੀਂ ਪ੍ਰਾਇਮਰੀ ਦੇ ਵਿੱਚ 75000 ਬੱਚੇ ਜਿਹੜੇ ਆ ਵੱਧ ਚੁੱਕੇ ਨੇ ਇਟ ਇਜ਼ ਅ ਇਨਕਰੀਜ਼ ਆਫ 6% ਤੇ ਹਜੇ ਜਾਰੀ ਹੈ ਹਜੇ ਅਪਡੇਸ਼ਨ ਜਾਰੀ ਹੈ ਸਾਡੇ ਸਰਵਰ ਪੁਰਾਣੇ ਆ ਅਪਡੇਸ਼ਨ ਜਾਰੀ ਹੈ ਜਿਹੜੀ ਸਭ ਤੋਂ ਪਹਿਲੀ ਕਲਾਸ ਹੈ ਪ੍ਰੀ ਪ੍ਰਾਇਮਰੀ 1 ਨਰਸਰੀ ਉਦੇ ਵਿੱਚ 13% ਦਾਖਲਿਆਂ ਦਾ ਵਾਧਾ ਹੋਇਆ 13% ਪਿਛਲੇ ਸਾਲ ਦਾ ਡਾਟਾ ਹੈ 1,70,000 ਅਸੀਂ ਆਲਰੇਡੀ 1,92,000 ਤੇ ਪਹੁੰਚ ਗਏ 22,000 ਬੱਚਾ ਸਿਰ ਪਹਿਲੀ ਕਲਾਸ ਚ ਵਧਿਆ ਸ਼ੁਰੂਆਤ ਚ ਕੁੱਲ ਪ੍ਰਾਇਮਰੀ ਦੇ ਵਿੱਚ 75,000 ਬੱਚਿਆਂ ਦਾ ਵਾਧਾ ਹੋਇਆ ਅਗਰ ਜਿਲ੍ਹਾ ਵਾਈਜ਼ ਡਿਟੇਲ ਚਾਹੀਦੀ ਹੈ ਇਸ ਪੂਰੇ ਕੈਂਪੇਨ ਦੇ ਵਿੱਚ ਮਾਨਸਾ ਜ਼ਿਲ੍ਹੇ ਨੇ ਕਮਾਲ ਕਰ ਦਿਖਾਇਆ ਮਾਨਸਾ ਇਦਾਂ ਦਾ ਜ਼ਿਲ੍ਹਾ ਬਣਿਆ ਕਿ ਮਾਨਸੇ ਦੇ ਵਿੱਚ ਜਿਹੜਾ ਪੰਜਵੀਂ ਦਾ ਰਿਜ਼ਲਟ ਆਇਆ ਉੱਥੋਂ ਵੀ ਬੱਚਿਆਂ ਦਾ ਪਹਿਲਾ ਨੰਬਰ ਸੀ 8ਵੀਂ ਦਾ ਨਤੀਜਾ ਆਇਆ ਪਰसों ਉਥੋਂ ਵੀ ਬੱਚਿਆਂ ਦਾ ਪਹਿਲਾ ਨੰਬਰ ਸੀ ਤੇ ਮਾਨਸੇ ਨੇ ਕਮਾਲ ਕਰਕੇ ਦਿਖਾਇਆ 20% ਬੱਚੇ ਵਧੇ ਆ ਪ੍ਰਾਇਮਰੀ ਸਿੱਖਿਆ 'ਚ ਇਸ ਦੇ ਨਾਲ ਹੀ ਹਰ ਜ਼ਿਲ੍ਹੇ ਦੇ ਵਿੱਚ ਲੁਧਿਆਣੇ ਨੇ ਬਹੁਤ ਵੱਡੀ ਪਰਫਾਰਮੈਂਸ ਕੀਤੀ ਤਰਨਤਾਰਨ ਜਿਹੜਾ ਪੰਜਾਬ ਦੇ ਸਿੱਖਿਆ ਦੇ ਜਦੋਂ ਜ਼ਿਲ੍ਹਿਆਂ ਦਾ ਨਾਮ ਲਿਖਿਆ ਜਾਂਦਾ ਸੀ ਤਾਂ ਖੀਰਲਾ ਜ਼ਿਲ੍ਹਾ 22ਵੇਂ 23ਵੇਂ ਨੰਬਰ ਦਾ ਬਾਰਡਰ ਦਾ ਜ਼ਿਲ੍ਹਾ ਤਰਨਤਾਰਨ ਅਰਗੇ ਜ਼ਿਲ੍ਹੇ ਨੇ ਪ੍ਰੀ ਪ੍ਰਾਇਮਰੀ ਦੇ ਵਿੱਚ એનਰੋਲਮੈਂਟ ਦੇ ਵਿੱਚ ਕਮਾਲ ਕਰਕੇ ਦਿਖਾਇਆ ਇਹ ਸਿੱਖਿਆ ਮਹਿਕਮੇ ਦੀ ਬਦਲਦੀ ਹੋਈ ਤਸਵੀਰ ਹੈ ਤੇ ਸਾਨੂੰ ਖੁਸ਼ੀ ਹੁੰਦੀ ਹੈ ਕਿ ਅਸੀਂ ਜਦੋਂ ਉਹ ਲੀਡਰ ਜਦੋਂ ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਉਦੋਂ ਤੱਕ ਕੁਝ ਕੀਤਾ ਨਹੀਂ ਹੁਣ ਕਰਨ ਤੁਹਾਡੀ ਜ਼ਿੰਮੇਵਾਰੀ ਸੀ ਕਿਤਾਬਾਂ ਦੇਣ ਦੀ ਟਾਈਮ ਤੇ ਪਿਛਲੇ ਸਾਲ ਕਿਤਾਬਾਂ ਅਕਤੂਬਰ ਤੱਕ ਨਹੀਂ ਆਈਆਂ ਤੁਹਾਡੀ ਜ਼ਿੰਮੇਵਾਰੀ ਸੀ ਤੇ ਤੁਸੀਂ ਜਿਹੜਾ ਹੈ ਚਲੋ ਕੋਈ ਗੱਲ ਨਹੀਂ ਹਜੇ ਵੀ ਮੈਨੂੰ ਬਹੁਤ ਖੁਸ਼ੀ ਹੋਊਗੀ ਕਿ ਰੋਜ਼ ਕਰੋ ਰੋਜ਼ ਮੁੱਦਾ ਬੰਨਣਾ ਚਾਹੀਦਾ এডੂਕੇਸ਼ਨ ਰੋਜ਼ ਮੁੱਦਾ ਬੰਨਣਾ ਚਾਹੀਦਾ ਸਰਕਾਰੀ ਸਕੂਲ ਤਾਂ ਕਿ ਅਸੀਂ ਹੋਰ ਇੰਪਰੂਵਮੈਂਟ ਕਰੀਏ ਇਸ ਦੇ ਨਾਲ ਹੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜਿੱਥੇ 117 ਸਕੂਲ ਆਫ ਫੈਮਿਨੈਂਸ ਬਣ ਰਹੇ ਨੇ ਬਹੁਤ ਸਾਰੇ ਸਕੂਲਾਂ ਦੇ ਵਿੱਚ ਸ਼ਾਨਦਾਰ ਕੰਮ ਹੋ ਰਿਹਾ ਆਲਰੇਡੀ ਪੀ ਡਬਲਯੂ ਡੀ ਆਪਣਾ ਕੰਮ ਕਰ ਰਹੀ ਹੈ ਤੁਹਾਡੇ ਨਾਲ ਇੱਕ ਦੋ ਦਿਨਾਂ ਦੇ ਵਿੱਚ ਤਸਵੀਰਾਂ ਵੀ ਸਾਂਝੀਆਂ ਕਰਨਗੇ ਮਾਨ ਸਾਹਿਬ ਤੁਹਾਨੂੰ ਖੁਸ਼ੀ ਹੋਊਗੀ ਕਿ ਪੰਜਾਬ ਦੇ ਸਰਕਾਰੀ ਸਕੂਲ ਇਦਾਂ ਦੇ ਵੀ ਹੋ ਸਕਦੇ ਆ ਇਸ ਦੇ ਨਾਲ ਹੀ 117 ਸਕੂਲ ਤਾਂ ਸੀ ਠੀਕ ਕਰ ਹੀ ਰਹੇ ਆ ਪਰ ਪੰਜਾਬ ਦੇ ਵਿੱਚ 20000 ਸਕੂਲ ਹੈ ਹਰ ਪਿੰਡ ਦੇ ਵਿੱਚ ਸਕੂਲ ਹੈ ਸ਼ਹਿਰਾਂ ਦੇ ਵਿੱਚ ਸਕੂਲ ਨੇ 20000 ਸਕੂਲਾਂ ਨੂੰ ਠੀਕ ਕਰਨ ਦੀ ਜ਼ਿੰਮੇਵਾਰੀ ਵੀ ਇਸ ਵਾਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਇੱਕ ਇਨਫਰਾਸਟ੍ਰਕਚਰ ਸੈੱਲ ਬਣਾ ਦਿੱਤਾ ਗਿਆ ਜੋ ਹਰ ਹਫ਼ਤੇ ਮਿਲਦਾ ਹੁੰਦਾ ਸੀ ਇਸ ਤੋਂ ਪਹਿਲਾਂ ਯਾ ਤਾਂ ਗ੍ਰਾਂਟਾਂ ਵਰਤੀਆਂ ਨਹੀਂ ਜਾਂਦੀਆਂ ਸੀ ਜਾਂ ਗ੍ਰਾਂਟਾਂ ਭੇਜੀਆਂ ਜਾਂਦੀਆਂ ਸੀ ਜਨਵਰੀ ਫਰਵਰੀ ਚ ਕਿ ਹਾਂ ਵੀ ਇਹ ਆਇਆ ਪੈਸਾ ਇਹਨੂੰ ਲਾ ਲਓ ਇੱਕ ਪਾਸੇ ਤਾਂ ਬੱਚਿਆਂ ਦੇ ਇਮਤਿਹਾਨਾਂ ਦਾ ਸਮਾਂ ਉਹ ਸਮਾਂ ਜਦੋਂ ਟੀਚਰਸ ਨੂੰ ਪੂਰਾ 100% ਕਨਸੈਂਟਰੇਸ਼ਨ ਬੱਚਿਆਂ ਦੀ ਪੜ੍ਹਾਈ ਤੇ ਦੇਣੀ ਚਾਹੀਦੀ ਉਧਰੋਂ ਪੈਸੀ ਪੇਜ ਤੇ ਜੀ ਕਮਰਾ ਬਣਾ ਲੋ ਆ ਕਰ ਲੋ ਕਰ ਲੋ ਅਸੀਂ ਇਹ ਕੰਮ ਨਹੀਂ ਕਰ ਮਹੀਨੇ ਦੇ ਵਿੱਚ ਹੀ ਗ੍ਰਾਂਟਸ ਜਾਰੀ ਹੋ ਜਾਣਗੀਆਂ ਤੇ ਜਿਹੜਾ ਕੰਸਟਰਕਸ਼ਨ ਦਾ ਟਾਈਮ ਹੋਊਗਾ ਸਕੂਲਾਂ ਦੇ ਵਿੱਚ ਉਹ ਜੂਨ ਤੇ ਜੁਲਾਈ ਹੋਊਗਾ ਉਹ ਸਮਾਂ ਜਦੋਂ ਬੱਚਿਆਂ ਨੂੰ ਛੁੱਟੀਆਂ ਹੋਣ ਉਹ ਸਮਾਂ ਜਦੋਂ ਸਕੂਲ ਦੇ ਖਾਲੀ ਹੋਵੇ ਕਲਾਸਰੂਮ ਚ ਕੋਈ ਭੰਨ ਤੋੜ ਕਰਨੀ ਮੈਕਸਿਮਮ ਕੰਮ ਸਾਡੀ ਕੋਸ਼ਿਸ਼ ਹੈ ਉਹ ਅਸੀਂ ਜੂਨ ਜੁਲਾਈ ਚ ਕਰਾਂਗੇ ਤੇ ਐਜ਼ ਆਫ ਡੇਟ 3290 ਕਮਰੇ ਉਹ ਸਾਰੀ ਅਧীন ਹੈ ਜਿਹੜੇ ਅਗਲੇ 1 ਮਹੀਨੇ ਚ ਕੰਪਲੀਟ ਕਰ ਦਿੱਤੇ ਜਾਣਗੇ ਇਸ ਤੋਂ ਬਾਅਦ ਔਰ ਬਹੁਤ ਸਾਰੇ ਕਮਰੇ ਇਸੀ ਜੂਨ ਜੁਲਾਈ ਚ ਬਣਨਗੇ ਤੁਸੀਂ ਸਰਕਾਰੀ ਸਕੂਲਾਂ ਚ ਜਾ ਕੇ ਦੇਖ ਸਕਦੇ ਹੋ ਪੁੱਛ ਸਕਦੇ ਹੋ ਕਿ ਰਿਕਾਰਡ ਗ੍ਰਾਂਟਸ ਚਾਹੇ ਉਹ ਸੀਸੀਟੀਵੀਜ਼ ਦੀ ਹੋਣ ਚਾਹੇ ਉਹ ਬਿਊਟੀਫਿਕੇਸ਼ਨ ਦੀ ਹੋਣ ਚਾਹੇ ਨਵੇਂ ਕਲਾਸਰੂਮਾਂ ਦੀਆਂ ਹੋਣ ਚਾਹੇ ਬਾਲਾ ਵਰਕ ਦੀਆਂ ਹੋਣ ਚਾਹੇ ਐਜੂਕੇਸ਼ਨ ਪਾਸ ਦੀਆਂ ਹੋਣ ਉਹ ਪਿਛਲੇ ਸਮਝ ਗਈਆਂ 200 ਕਰੋੜ ਦੀ ਲਾਗਤ ਦੇ ਨਾਲ ਪੰਜਾਬ ਦੀ ਜਿਹੜੀ ਕੰਪਿਊਟਰ ਸਿੱਖਿਆ ਉਸ ਨੂੰ ਰੀਵੈਂਪ ਕਰ ਰਹੇ ਹਾਂ ਹਜੇ ਵੀ ਸਾਡੇ ਬੱਚੇ ਜੋ ਅੱਜ ਤੋਂ 15 ਸਾਲ ਪਹਿਲਾਂ 10 ਸਾਲ ਪਹਿਲਾਂ 20 ਸਾਲ ਪਹਿਲਾਂ ਪੜਾਇਆ ਜਾਂਦਾ ਸੀ ਮਾਈਕਰੋਸਾਫਟ ਵਰਡ ਪੇਂਟ ਮੈਂ ਜਾ ਕੇ ਦੇਖਿਆ ਸਰਕਾਰੀ ਸਕੂਲਾਂ ਚ ਅੱਜ ਵੀ ਉੱਥੇ ਵਿੱਚ ਜਦਕਿ ਬਾਕੀ ਬੱਚੇ ਸਰ ਪ੍ਰਾਈਵੇਟ ਸਕੂਲਾਂ ਚ ਉਹ ਕੋਡਿੰਗ ਦੇ ਉੱਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਪਹੁੰਚ ਗਏ ਆ ਪੰਜਾਬ ਦੀ ਕੰਪਿਊਟਰ ਸਿੱਖਿਆ ਨੂੰ ਰੀਵੈਂਪ ਕਰਨ ਜਾ ਰਹੇ ਆ ਪੰਜਾਬ ਦੀ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਕੋਡਿੰਗ ਸਿੱਖਣਗੇ AI ਸਿੱਖਣਗੇ ਤੇ ਜਿਹੜਾ ਸਾਡਾ ਸਿਲੇਬਸ ਉਹ ਪ੍ਰਾਈਵੇਟ ਦੇ ਨਾਲੋਂ ਵਧੀਆ ਟੋਟਲ ਚੇਂਜ ਕਰਨ ਜਾ ਰਹੇ ਆ ਸਿਰਫ ਇਹ ਨਹੀਂ ਕਿ ਹਾਂ ਕਿਤਾਬਾਂ ਦੇਤੀਆਂ ਯੂਨੀ ਨਾਲ ਕਰਿਕੂਲਮ ਦੇ ਉੱਤੇ ਇਸ ਵਾਰੀ ਸਾਡਾ ਰਿਜ਼ਲਟ ਬਹੁਤ ਸ਼ਾਨਦਾਰ ਆਇਆ ਤੇ ਮੈਨੂੰ ਆਸ ਹੈ ਕਿ ਲੈ ਮਿਸ਼ਨ 100% ਚਲਾਇਆ ਸੀ ਬੱਚਿਆਂ ਨੂੰ ਮੋਟੀਵੇਟ ਕੀਤਾ ਗਿਆ ਸੀ ਕਿ ਲੈ 2 ਸਾਲ ਕੋਵਿਡ ਤੋਂ ਬਾਅਦ ਕਰੋਨਾ ਦੇ ਵਿੱਚ ਆਪ ਜੀ ਨੂੰ ਪਤਾ ਹੈ ਕਿ ਬੱਚਿਆਂ ਦੀ ਪੜ੍ਹਾਈ ਤੇ ਬਹੁਤ ਅਸਰ ਪਿਆ ਐਗਜ਼ਾਮੀਨੇਸ਼ਨ ਸਿਸਟਮ ਵੀ ਬਦਲਿਆ 2 ਸਾਲ ਤਾਂ 100% ਪਾਸਿੰਗ ਵੀ ਦੇਣੀ ਪਈ ਪਰ ਇਸ ਕਰਕੇ ਕਿ ਲੈ ਬੱਚਿਆਂ ਨੂੰ ਦੁਬਾਰਾ ਮੇਨ ਸਟ੍ਰੀਮ ਪੜ੍ਹਾਈ ਚ ਲੈ ਕੇ ਆਣਾ ਇਹ ਸਾਲ ਸਭ ਤੋਂ ਚੈਲੈਂਜਿੰਗ ਸਾਲ ਸੀ ਤੇ ਮੈਂ ਆਪਣੇ ਸਾਰੇ ਟੀਚਰਸ ਨੂੰ ਮੁਬਾਰਕਬਾਦ ਦਿੰਦਾ ਜਿਨੀ ਬਹੁਤ ਮਿਹਨਤ ਕਰਕੇ ਬੱਚਿਆਂ ਨੂੰ ਸਵੇਰੇ ਸੱਜਰੇ ਕੌਲਾਂ ਕਰਕੇ ਵੀ ਉਠਾਇਆ ਸਕੂਲ ਤੋਂ ਬਾਅਦ ਵੀ ਉਹਨਾਂ ਨੂੰ ਪੜਾਇਆ ਤੇ ਮੈਨੂੰ ਪੂਰੀ ਉਮੀਦ ਹੈ ਜਿਨੇ 5ਵੀਂ ਤੇ 8ਵੀਂ ਦਾ ਰਿਜ਼ਲਟ ਸ਼ਾਨਦਾਰ ਰਿਹਾ 10ਵੀਂ ਤੇ 12ਵੀਂ ਦਾ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਰਿਜ਼ਲਟ ਹੋਰ ਵੀ ਸ਼ਾਨਦਾਰ ਹੋਊਗਾ ਇਸ ਤੋਂ ਇਲਾਵਾ ਟੀਚਰ ਸ਼ਾਰਟੇਜ ਤੁਸੀਂ ਵੀ ਕਰੋਗੇ ਹੁਣ ਵੀ ਮੈਂ ਕਿਸੇ ਪਿੰਡ 'ਚ ਜਾਂਦਾ ਸਭ ਤੋਂ ਵੱਡੀ ਮੰਗ ਇਹੀ ਹੁੰਦੀ ਹੈ ਜੀ ਟੀਚਰ ਹੈ ਨਹੀਂ ਪੋਸਟਾਂ ਇੰਨੀਆਂ ਟੀਚਰ ਹੈ ਨਹੀਂ ਹੁਣ ਇੱਕ ਸਾਲ ਦੇ ਵਿੱਚ ਤਾਂ ਅਸੀਂ ਸਾਰੇ ਟੀਚਰ ਰਿਟਾਇਰ ਕਰਨ ਨਹੀਂ ਦਿੱਤੇ ਇਸ ਦਾ ਮਤਲਬ ਸਾਫ਼ ਹੈ ਕਿ ਪਿਛਲੇ ਕਈ ਸਾਲਾਂ ਤੋਂ ਟੀਚਰਾਂ ਦੀ ਭਰਤੀਆਂ ਨਹੀਂ ਕੀਤੀਆਂ ਗਈਆਂ ਜਦੋਂ ਇਸ ਮਹਿਕਮੇ ਦੀ ਕਮਾਂਡ ਮੈਨੂੰ ਮਿਲੀ ਤਾਂ ਤਕਰੀਬਨ ਤਕਰੀਬਨ 33% ਪੈਸੇ 33% ਟੀਚਰਸ ਜਿਹੜੇ ਆ ਉਹ ਖਾਲੀ ਸੀ ਭਾਵੇਂ ਹੈ ਕਿ ਅਗਰ 100 ਟੀਚਰ ਚਾਹੀਦੇ ਸੀ ਤਾਂ 33 ਹੈ ਹੀ ਨਹੀਂ ਲਗਾਤਾਰ ਭਰਤੀਆਂ ਜਾਰੀ ਨੇ ਜੀ ਤੇ ਅੱਜ ਅਸੀਂ ਉਸ ਪੋਜੀਸ਼ਨ ਤੇ ਆ ਚੁੱਕੇ ਹਾਂ ਕਿ ਅੰਡਰ 20% ਲੈ ਕੇ ਆਏ ਆ ਤਰਨਤਾਰਨ ਅਰਗੇ ਜ਼ਿਲ੍ਹੇ ਦੇ ਵਿੱਚ ਜਿੱਥੇ ਟੀਚਰਸ ਦੀ ਬਹੁਤ ਜ਼ਿਆਦਾ ਸ਼ਾਰਟੇਜ ਸੀ ਅਗਲੇ 3 ਤੋਂ 6 ਮਹੀਨਿਆਂ ਦੇ ਵਿੱਚ 100% ਟੀਚਰ ਵਾਲਾ ਜ਼ਿਲ੍ਹਾ ਬਣ ਜਾਊਗਾ ਤਰਨਤਾਰਨ ਐਦਾਂ ਹੀ ਭਰਤੀਆਂ ਦੇ ਉੱਤੇ 16000 ਭਰਤੀਆਂ ਇਸ ਵਕਤ ਚੱਲ ਰਹੀਆਂ ਜੀ ਜੋ ਲਾਸਟ ਲੈਗ ਦੇ ਉੱਤੇ ਹੈ ਚਾ 6835 ਉਹਦੇ ਉੱਤੇ ਹਾਈ ਕੋਰਟ ਦੇ ਵਿੱਚ ਕੇਸ ਹੋ ਗਿਆ ਸੀ ਉਹ ਵੀ ਰਿਜ਼ੋਲਵ ਹੋ ਗਿਆ ਉਹਨਾਂ ਨੂੰ ਇਸ ਹੀ ਹਫ਼ਤੇ ਸਕੂਲ ਲੰਚ ਭੇਜਾਂਗੇ 700 ਟੀਚਰ ਉੱਥੋਂ ਆ ਜਾਣਾ ਥੈਨ ਸਾਡਾ ਮਾਸਟਰ ਕਾਰਡ ਭਰਤੀ ਪਿਛਲੀਆਂ ਸਰਕਾਰਾਂ ਨੇ ਇਹ ਵੀ ਦੇਖਿਆ ਕਿ ਜਦੋਂ ਕੋਈ ਭਰਤੀ ਹਾਈ ਕੋਰਟ ਦੇ ਵਿੱਚ ਫਸ ਜਾਂਦੀ ਸੀ ਪ੍ਰਵਾਇ ਨਹੀਂ ਪੈਰ ਵੀ ਨਹੀਂ ਹੋਈ ਅੱਜ ਵੀ ਬੱਚੇ 10 10 ਸਾਲ 15 15 ਸਾਲ ਹੋ ਗਏ ਅੱਜ ਵੀ ਬੇਰੋਜ਼ਗਾਰ ਰੁੱਲਦੇ ਪਏ ਆ ਉਹਨਾਂ ਦੀ ਭਵਿੱਖ ਦਾ ਕੋਈ ਫੈਸਲਾ ਹੀ ਨਹੀਂ ਹੋਇਆ ਪਰ ਅਸੀਂ ਹਾਈ ਕੋਰਟ ਦੇ ਵਿੱਚ ਵੀ ਮਾਨਸਾਪਦੀ ਸਰਕਾਰ ਨੇ ਪੂਰੀ ਪੈਰਵਾਹੀ ਕਰਕੇ ਕਿਆਲੀ ਕਾਟ ਭਰਤੀ ਨੂੰ ਬਚਾਇਆ ਵੀ ਹੈ ਉਸਦੇ ਨਾਲ ਖੜੇ ਵੀ ਆ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਹੁਣ 41 ਕਾਟ ਵੀ ਸੀ ਹਫਤੇ ਉਹ ਆਪਣੀ ਜੁਆਇਨਿੰਗਸ ਕਰਕੇ ਆਪਣੇ ਆਪਣੇ ਸਕੂਲਾਂ ਚ ਜਾਣਗੇ ਉਹ ਸਾਰੇ ਨੌਜਵਾਨ ਉਹ ਵੀ ਬਹੁਤ ਬੇਤਾਬ ਹੈ ਐਦਾਂ ਹੀ 59 ਰਨ ਵਿੱਚ ਵੀ ਅਗਲੇ 2-3 ਮਹੀਨੇ ਦੇ ਵਿੱਚ ਪੂਰਨ ਆਸ ਉਸ ਦਾ ਵੀ ਕਮੇਟੇਰ ਹਾਈ ਕੋਰਟ ਚ ਅਸੀਂ ਪੈਰਵਾਹੀ ਕਰ ਰਹੇ ਆ ਕਿ ਉਹਨਾਂ ਨੂੰ ਵੀ ਅਸੀਂ ਸਕੂਲਾਂ ਚ ਭੇਜੀਏ ਅਜ ਜਦੋਂ ਟੀਚਰ ਸਾਰੇ ਸਕੂਲਾਂ ਚਲੇ ਜਾਣਗੇ ਤਾਂ ਪੰਜਾਬ ਦੇ ਸਕੂਲਾਂ ਦੀ ਜਿਹੜੀ ਟੀਚਰਸ ਦੀ ਵੈਕੈਂਸੀ ਉਹ ਬਹੁਤ ਘੱਟ ਰਹੇ ਜੂਗੀ ਐਦਾਂ ਹੀ ਪ੍ਰਿੰਸੀਪਲਸ ਦੀ ਪੋਸਟਾਂ ਦੇ ਉੱਤੇ ਸਟੇ ਹੈ ਉਸ ਕੇਸ ਨੂੰ ਵੀ ਅਸੀਂ ਇਹ ਕਦੀ ਕੇਸਾਂ ਦੇ ਉੱਤੇ ਪ੍ਰਵਾਈ ਨਹੀਂ ਕੀਤੀ ਗਈ ਉਸ ਨੂੰ ਵੀ ਅਸੀਂ ਬਹੁਤ ਅਗਰੈਸਿਵਲੀ ਲੜ ਰਹੇ ਹਾਈ ਕੋਰਟ ਦੇ ਵਿੱਚ ਤੇ ਉਮੀਦ ਹੈ ਹਾਈ ਕੋਰਟ ਨੂੰ ਬੇਨਤੀ ਕਰਕੇ ਕਿ ਸਾਡੇ ਜਿਹੜੇ 800 ਦੇ ਕਰੀਬ ਸਕੂਲ ਹੈ ਉਹ ਖਾਲੀ ਪਏ ਨੇ ਵਿਦਾਊਟ ਪ੍ਰਿੰਸੀਪल्स ਨੇ ਉਸ ਨੂੰ ਵੀ ਅਸੀਂ ਕਰਾਂਗੇ ਇਸ ਦੇ ਨਾਲ ਹੀ ਉਹ ਇਨਕਲਾਬੀ ਕਦਮ ਕਿਉਂਕਿ ਜਦੋਂ ਮੈਂ ਸਿੱਖਿਆ ਪ੍ਰੋਵਾਈਡਰਸ ਨੂੰ ਜਾਂ AIG ਵਲੰਟੀਅਰਸ ਨੂੰ ਜਾਂ ਜਿੰਨੇ ਵੀ ਸਾਡੇ ਹੋਰ ਵਲੰਟੀਅਰ ਟੀਚਰਸ ਨੇ ਉਹਨਾਂ ਨੂੰ ਮਿਲਦਾ ਉਹ ਕਹਿੰਦੇ ਆ ਉਹ ਆਪਣੀ ਦਿਲ ਦੀ ਗੱਲ ਦੱਸਦੇ ਆ ਕਹਿੰਦੇ ਅਸੀਂ ਕਈ ਸਾਲਾਂ ਤੱਕ ਧਰਨੇ ਦਿੰਦੇ ਰਹੇ ਕਈ ਸਾਲਾਂ ਤੱਕ ਪਾਣੀ ਦੀਆਂ ਬੁਛਾਰਾਂ ਡਾਂਗਾ ਖਾਂਦੇ ਰਹੇ ਆਪਣੇ ਹੱਕਾਂ ਦੇ ਲਈ ਪਰ ਕਹਿੰਦੇ ਮਨ ਦੇ ਵਿੱਚ ਇੱਕ ਦੋ ਚਿੱਤੀ ਜ਼ਰੂਰ ਸੀ ਕਿ ਜੋ ਅਸੀਂ ਮੰਗਦੇ ਪਏ ਆ ਇਹ ਸ਼ਾਇਦ ਕਦੀ ਮਿਲੇ ਨਾ ਤੇ ਲੈ ਸਾਨੂੰ ਉਹਨਾਂ ਨੂੰ ਵੀ ਇਹ ਟ੍ਰੇਨਡ ਕਰ ਦਿੱਤਾ ਗਿਆ ਸੀ ਕਿ ਹੋ ਨਹੀਂ ਸਕਦਾ ਉਹ ਕੰਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਰਕੇ ਦਿਖਾਇਆ ਤੇ ਮੈਨੂੰ ਤੁਹਾਨੂੰ ਦੱਸਦੇ ਖੁਸ਼ੀ ਹੋ ਰਹੀ ਹੈ ਕਿ 95% ਤੋਂ ਵੱਧ ਕੰਮ ਸਿੱਖਿਆ ਪ੍ਰੋਵਾਈਡਰ ਦੀ ਰੈਗੂਲਰਾਈਜੇਸ਼ਨ ਦਾ ਤੇ ਬਾਕੀ ਵਲੰਟੀਅਰਸ ਦੀ ਰੈਗੂਲਰਾਈਜੇਸ਼ਨ ਦਾ ਉਹਦੇ ਵਿੱਚ ਇੱਕ ਕੈਬਿਨੇਟ ਦੇ ਵਿੱਚ ਹੋਰ ਅਸੀਂ ਸਾਨੂੰ ਉਮੀਦ ਹੈ ਕਿ ਬਹੁਤ ਜਲਦ ਆਜੂਗਾ ਉਸ ਦੇ ਨਾਲ 13000 ਕੱਚੇ ਟੀਚਰਸ ਜੋ ਪੰਜਾਬ ਦੇ ਸਕੂਲਾਂ ਦੀ ਸੇਵਾ ਪਿਛਲੇ ਨਿਰੰਤਰ ਕਈ ਸਾਲਾਂ ਤੋਂ ਕਰਦੇ ਆ ਰਹੇ ਆ ਉਹ ਰੈਗੂਲਰਾਈਜ਼ ਹੋ ਜਾਣਗੇ ਉਹਨਾਂ ਨੂੰ ਉਹਦੇ ਬੰਦੇ ਹੱਕ ਇੱਜ਼ਤ ਮਾਨ ਤੇ ਸਨਮਾਨ ਮਿਲੇਗਾ ਇਤਿਹਾਸਿਕ ਕਦਮ ਬਹੁਤ ਜਲਦੀ ਉਮੀਦ ਹੈ ਇਸ ਹੀ ਮਹੀਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਕਰਕੇ ਦਿਖਾਉਗੀ ਕਿ ਉਹ ਦਿਨ ਉਸ ਦਿਨ ਉਹ ਇੱਕ ਇਤਿਹਾਸਿਕ ਦਿਨ ਹੋਊਗਾ ਪੰਜਾਬ ਦੇ ਸਿੱਖਿਆ ਦੇ ਮੈਕਮੇ ਦੇ ਵਿੱਚ ਜਦੋਂ ਸਾਰੇ ਟੀਚਰਸ ਨੂੰ ਕਿਉਂਕਿ 10 10 15 15 ਸਾਲ ਤੋਂ 6000 ਤੇ 8000 ਤੇ 10000 ਤੇ ਕੰਮ ਕਰ ਰਹੇ ਆ ਜੋ ਕਿ ਇੱਕ ਮਜਦੂਰ ਜਿਉਂ ਕਿ ਲਈ ਅਜਿ ਇੱਕ ਮਜਦੂਰ ਦਿਵਸ ਵੀ ਹੈ ਲੇਬਰ ਡੇ ਹੈ ਤਾਂ ਉਹ 6000 ਤੇ ਸਾਡੇ ਟੀਚਰਸ ਤੋਂ ਕੰਮ ਕਰਾਇਆ ਗਿਆ ਤਾਂ ਸਭ ਤੋਂ ਪਹਿਲਾਂ ਪ੍ਰਾਇਓਰਟੀ ਤੇ ਉਹਨਾਂ ਦੇ ਉੱਤੇ ਹੀ ਤੇ ਉਮੀਦ ਹੈ ਇਸ ਹੀ ਮਹੀਨੇ ਚ ਕਿਉਂਕਿ ਉਸ ਨੂੰ ਖੁਦ ਸਰਦਾਰ ਭਗਵੰਤ ਸਿੰਘ ਮਾਨ ਜੀ ਖੁਦ ਮੁੱਖ ਮੰਤਰੀ ਸਾਹਿਬ ਓਵਰਵਿਊ ਕਰਦੇ ਨੇ ਹਮੇਸ਼ਾ ਤੇ ਇਸੇ ਮਹੀਨੇ ਉਹਨਾਂ ਨੂੰ ਜਿਹੜੇ ਅਨੁਕਤੀ ਪੱਤਰ ਜਾਰੀ ਕਰ ਦਿੱਤੇ ਜਾਣਗੇ ਇਹ ਸਭ ਕੁਝ ਸਿੱਖਿਆ ਮਹਿਕਮੇ ਦੀ ਬਦਲਦੀ ਹੋਈ ਤਸਵੀਰ ਹੈ ਮੈਂ ਨਾਲ ਹੀ ਤੁਹਾਨੂੰ ਇਹ ਵੀ ਦੱਸੂਗਾ ਮੈਂ ਖੁਦ ਤਕਰੀਬਨ 400 ਸਕੂਲਾਂ 'ਚ ਜਾ ਚੁੱਕਿਆ ਹਾਂ ਫਿਰੋਜ਼ਪੁਰ ਫਾਜ਼ਿਲਕਾ ਤਰਨਤਾਰਨ ਅਜਨਾਲਾ ਅੰਮ੍ਰਿਤਸਰ ਖੇਮਕਰਨ ਗੁਰਦਾਸਪੁਰ ਕੋਈ ਵੀ ਜ਼ਿਲ੍ਹਾ రిమోట్ టు రిమోట్ జిల్లా ਉਹ ਸਕੂਲ ਜੋ ਬਿਲਕੁਲ ਬਾਰਡਰ ਤੇ ਜ਼ੀਰੋ ਲਾਈਨ ਤੇ ਜਿੱਥੇ ਪਾਕਿਸਤਾਨ ਦੇ ਸਾਹਮਣੇ ਘਰ ਦਿਸਦੇ ਉਹਨਾਂ ਸਕੂਲਾਂ 'ਚ ਵੀ ਜਾ ਕੇ ਆਇਆ ਤਾਂ ਉੱਥੋਂ ਜਾ ਕੇ ਮੈਨੂੰ ਇਹ ਪਤਾ ਲੱਗਿਆ ਕਿ ਇਸ ਮਹਿਕਮੇ ਦੀ ਖੋਰੀ ਤਸਵੀਰ ਪੇਸ਼ ਕਰਦੇ ਰਹੇ ਸੀ ਕਿ ਜੀ ਸਿੱਖਿਆ ਮਹਿਕਮੇ ਦਾ ਮਤਲਬ ਸਿਰਫ ਧਰਨੇ ਵਾਲਾ ਮਹਿਕਮਾ ਪਰ ਨਹੀਂ ਸਾਡੇ ਬੇਸ਼ੁਮਾਰ ਟੀਚਰਸ ਬਹੁਤ ਸ਼ਾਨਦਾਰ ਕੰਮ ਕਰਦੇ ਨੇ ਸਾਡੇ ਬੇਨਤੀ ਦੇ ਉੱਤੇ ਬਹੁਤ ਸਾਰੇ ਸਰਕਾਰੀ ਟੀਚਰਸ ਨੇ ਉਹਦਾ ਵੀ ਡਾਟਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ 'ਚ ਵੀ ਦਾਖਲ ਕਰਾ ਲਿਆ ਸਾਡੇ ਬਹੁਤ ਸਾਰੇ ਟੀਚਰਸ ਬਹੁਤ ਮਿਹਨਤ ਕਰਦੇ ਨੇ ਪਲੋਂ ਪੈਸੇ ਲਾ ਲਾ ਕੇ ਸਕੂਲ ਠੀ ਕਿਉਂਕਿ ਸਰਕਾਰਾਂ ਨੇ ਤਾਂ ਕਦੀ ਪਰਵਾਹ ਕੀਤੀ ਨਹੀਂ ਜਿਹੜਾ ਵੀ ਸਕੂਲ ਤੁਸੀਂ ਦੇਖੋਗੇ ਕੋਈ ਠੀਕ ਹੋਇਆ ਕੋਈ ਸਮਾਰਟ ਸਕੂਲ ਬਣਿਆ ਉਹਦੇ ਜਾ ਕੇ ਕਹਾਣੀ ਚੈੱਕ ਕਰੋਗੇ ਤਾਂ ਤੁਹਾਨੂੰ ਪਤਾ ਲੱਗੂ ਕੋਈ ਨਾ ਕੋਈ ਟੀਚਰ ਹੈ ਜਿਨ ਆਪਣੇ ਪਲੋਂ ਮਿਹਨਤ ਕਰਕੇ ਆ ਕਿਤੋਂ ਪੈਸੇ ਮੰਗ ਕੇ ਉੱਥੇ ਸਰਕਾਰਾਂ ਵੱਲੋਂ ਕਦੀ ਕੁਝ ਨਹੀਂ ਮਿਲਿਆ ਪਿਛਲੀਆਂ ਤਾਂ ਇਹ ਜਿਹੜਾ ਉਹ ਸਾਰੇ ਟੀਚਰਸ ਨੂੰ ਮੈਂ ਨਮਨ ਕਰਦਾ ਹਾਂ ਤੇ ਉਸ ਤੋਂ ਇਹ ਪਤਾ ਲੱਗਿਆ ਕਿ ਨਹੀਂ ਇਹ ਮਹਿਕਮਾ ਬਹੁਤ ਪਵਿੱਤਰ ਹੈ ਤੇ ਮੈਂ মিডিਆ ਦੇ ਸਾਰੇ ਸਾਥੀਆਂ ਦਾ ਵੀ ਧੰਨਵਾਦ ਕਰਦਾ ਮੈਂ ਜਿਸ ਵੀ ਜ਼ਿਲ੍ਹੇ ਚ ਜਾਂਦਾ ਹਾਂ ਉਹ ਸਾਥ ਦਿੰਦੇ ਨੇ ਤੇ ਸਾਡੇ ਜਿਹੜੇ ਟੀਚਰਸ ਦੇ ਜਿਹੜੇ ਚੰਗੇ ਕੰਮ ਆ ਉਹ ਵੀ ਲੋਕਾਂ ਤੱਕ ਪਹੁੰਚਦੇ ਆ ਤਾਂ ਕਿ ਜਿਹੜਾ ਦੂਜਾ ਚਿਹਰਾ ਸੀ ਜੋ ਅਜੇ ਤੱਕ ਲੁਕਿਆ ਆ ਰਿਹਾ ਅੱਜ ਮੈਂ ਸਿੱਖਿਆ ਉਹ ਵੀ ਲੋਕਾਂ ਨੂੰ ਪਤਾ ਲੱਗੇ ਅ ਇਸ ਤੋਂ ਇਲਾਵਾ ਮੈਂ ਖੁਦ ਜਲੰਧਰ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਵਿਚਰ ਰਿਹਾ ਮੈਂ ਜਬੋਤਾ ਸਮਾਜ ਸ਼ਾਕੁਰ ਦੇ ਏਰੀਏ ਚ ਲਾਇਆ ਤਾਂ ਜੋ ਮੇਰਾ ਨਿੱਜੀ ਤਜਰਬਾ ਸੜਕਾਂ ਦੇ ਉੱਤੇ ਬਜ਼ੁਰਗਾਂ ਨਾਲ ਮਿਲ ਕੇ ਕਿਸਾਨਾਂ ਨਾਲ ਮਿਲ ਕੇ ਨੌਜਵਾਨਾਂ ਨਾਲ ਮਿਲ ਕੇ ਆਪਣੀਆਂ ਮਾਤਾਵਾਂ ਭੈਣਾਂ ਨਾਲ ਪਿੰਡਾਂ 'ਚ ਬੈਠ ਕੇ ਜੋ ਮੈਂ ਕੁਝ ਸਾਂਝਾ ਕੀਤਾ ਤਾਂ ਮੈਨੂੰ ਇੱਕ ਚੀਜ਼ ਜੋ ਪੂਰਾ ਜਲੰਧਰ ਤੇ ਸ਼ਾਕੋਟ ਦੇ ਲੋਕ ਬੋਲ ਰਹੇ ਨੇ ਉਹ ਇਹ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਸਰਕਾਰ ਉਹਨਾਂ ਦੀ ਹੈ ਸਰਦਾਰ ਭਗਵੰਤ ਮਾਨ ਜੀ ਨੂੰ ਆਪਣਾ ਪੁੱਤ ਸਮਝਦੇ ਹੋਏ ਆਪਣਾ ਵੱਡਾ ਭਾਈ ਸਮਝਦੇ ਹੋਏ ਉਹਨਾਂ ਦੇ ਕੰਮਾਂ ਤੋਂ ਲੋਕ ਕਿੰਨੇ ਇੱਕ ਸੰਤੁਸ਼ਟ ਨੇ ਉਹ ਕਹਿੰਦੇ ਨੇ ਸਾਨੂੰ ਸਭ ਪਤਾ ਕਿ ਜੋ ਮਰਜ਼ੀ ਵਿਰੋਧੀ ਬੋਲੀ ਜਾਂ ਜੋ ਮਰਜ਼ੀਆਂ ਜਿੰਨੀ ਮਰਜ਼ੀ ਤਾਕਤਾਂ ਇਕੱਠੀਆਂ ਹੋ ਜਾਣ ਪਰ ਜਦੋਂ ਚੰਗੀ ਨੀਅਤ ਨਾਲ ਕੰਮ ਕਰ ਰਹੇ ਅਸੀਂ ਇਸ ਵਾਰੀ ਇੱਕ ਨਵਾਂ ਰਿਕਾਰਡ ਸਿਰਜਾਂਗੇ ਤੇ ਮੈਨੂੰ ਪੂਰਨ ਆਸ ਹੈ ਕਿ ਜਲੰਧਰ ਦੀ ਜਿਹੜੀ ਜਿਮਨੀ ਚੌਣਾ ਹੈ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਦੇ ਉੱਤੇ ਇੱਕ ਥਾਪੀ ਹੋਊਗੀ ਇੱਕ ਸ਼ਾਬਾਸ਼ੀ ਹੋਊਗੀ ਤੇ ਇੱਕ ਨਵਾਂ ਕੀਰਤੀਮਾਨ ਸਤਾਪਿਤ ਹੋਊਗਾ ਤੇ 10 ਮਈ ਨੂੰ ਇੱਥੋਂ ਸੁਸ਼ੀਲ ਰਿੰਕੂ ਜੀ ਐਮਪੀ ਬਣਨਗੇ ਥੈਂਕ ਯੂ ਧੰਨਵਾਦ ਬੈਸਾਬ ਅੱਜ ਪਹਿਲੀ ਦਿਨ ਹੈਗਾ ਤੇ ਪ੍ਰਾਈਵੇਟ ਇੰਸਟੀਟਿਊਸ਼ਨਸ ਦੀ ਐਫੀਲੀਏਸ਼ਨ ਦੇ ਵਿੱਚ ਕਿਤੇ ਨਾ ਕਿਤੇ ਸਿੱਖਿਆ ਵਿਭਾਗ ਦਾ ਵੀ ਹੱਥ ਹੁੰਦਾ ਹੈ ਲੇਕਿਨ ਸਾਰੇ ਪ੍ਰਾਈਵੇਟ ਮੈਂ ਤੁਸੀਂ ਅਗਰ ਸਰਕਾਰ ਦਾ ਆਰਡਰ ਪੜ੍ਹੋ ਜੀ ਉਹ ਇੱਕ ਸਰਕਾਰੀ ਫੈਸਲਾ ਸੀ ਉਹਦੇ ਵਿੱਚ ਸਰਕਾਰੀ ਸੰਸਥਾਵਾਂ ਹੀ ਲਿਖੀਆਂ ਹੋਈਆਂ ਮੈਂ ਉਹ ਇਸ ਗੱਲ ਤੁਹਾਡੇ ਸਹਿਮਤ ਆ ਬਟ ਮਈ ਦਿਵਸ ਬਹੁਤ ਵੱਡਾ ਦਿਵਸ ਹੈ ਕਿ ਆ ਉਹ ਸਰਕਾਰੀ ਆਦੇਸ਼ ਨਿੱਜੀ ਸਕੂਲਾਂ ਦਾ ਜਾਂ ਦੋਸਤ ਦੇਖੋ ਦੋ ਚੀਜ਼ਾਂ ਹੁੰਦੀਆਂ ਜਦੋਂ ਇਹ ਸਾਡੇ ਵੱਲੋਂ ਜਾਂਦਾ ਹੈ ਉਹਦੇ ਵਿੱਚ ਅਸੀਂ ਸਪੈਸ਼ਲੀ ਮੈਂਸ਼ਨ ਕਰਦੇ ਹਾਂ ਕਿ ਸਰਕਾਰੀ ਸਕੂਲ ਐਡਿਟਡ ਸਕੂਲ ਨਾਨ ਐਡਿਟਡ ਸਕੂਲ ਈਵਨ ਪ੍ਰਾਈਵੇਟ ਸਕੂਲ ਬਟ ਇਟ ਵਾਸ اے ਪੰਜਾਬ ਸਰਕਾਰ ਦੇ ਅਕੋਰਡ ਦੇ ਸਰਕਾਰੀ ਸੰਸਥਾਵਾਂ ਹੀ ਲਿਖੀਆਂ ਸੀ ਬਾਕੀ ਉਸ ਇੰਸਟੀਟਿਊਸ਼ਨ ਦੀ ਮਰਜ਼ੀ ਹੈ ਕਿ ਉਹਨਾਂ ਕਰਨਾ ਤੇ ਦੂਜਾ ਨਹੀਂ ਕਰਨਾ ਦੂਜੀ ਮੈਂ ਨਾਲ ਏ ਵੀ ਹੈ ਕਿ ਪਿਛਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਸਾਡੇ ਵੱਲੋਂ ਜਾਂਦਾ ਸੀ ਉਹਨੂੰ ਇਨਸ਼ੋਰ ਕਰਾਂਦੇ ਜੇ ਕੋਈ ਵੀ ਉਸ ਦੀ ਉਹ ਨਹੀਂ ਕਰੂਗਾ ਜੇ ਪੰਜਾਬ ਸਿੱਖਿਆ ਬੋਰਡ ਕਹਿੰਦਾ ਤਾਂ ਉਸ ਦੇ ਉੱਤੇ ਅਸੀਂ ਐਕਸ਼ਨ ਲੈਂਦੇ। ਦੇਖੋ ਜੀ ਇੰਸਟੀਟਿਊਸ਼ਨ ਦੇ ਉੱਤੇ ਹੈ ਜੀ ਉਹਨਾਂ ਪਬਲਿਕ ਇੰਸਟੀਟਿਊਸ਼ਨਸ ਦੇ ਉੱਤੇ ਹਾਂ ਪਰ ਉਹਨਾਂ ਉਹਨਾਂ ਇੰਸਟੀਟਿਊਸ਼ਨਸ ਨੂੰ ਵੀ ਚਾਹੀਦਾ ਹੈ ਕਿ ਆਪਣੇ ਮੁਲਾਜ਼ਮਾਂ ਨੂੰ ਵੀ ਬੰਦਾ ਸਨਮਾਨ ਦੇਣ। ਜਲੰਧਰ ਦੇ ਵਿੱਚ ਵੀ ਮੈਂ ਐਗਜ਼ੈਕਟ ਡਾਟਾ ਦੱਸ ਦਿੰਦਾ ਜਿਹੜੇ ਐ ਇਸ ਵਾਰੀ ਐਡਰੋਲਮੈਂਟ ਬਹੁਤ ਵਧੀਆ ਵਧੇ ਨੇ ਜਲੰਧਰ ਕਿਉਂਕਿ ਤੁਹਾਨੂੰ ਪਤਾ ਇੱਕ ਵੱਡਾ ਸ਼ਹਿਰ ਹੋਣ ਕਰਕੇ ਇੱਥੇ 4% ਦਾ ਮਤਲਬ ਕੁਝ ਸੈਂਕੜੇ ਨਹੀਂ ਕਈ ਹਜ਼ਾਰ ਬਣ ਜਾਂਦੇ ਨੇ ਤੇ ਜਲੰਧਰ ਦੇ ਵਿੱਚ ਵੀ ਦਾਖਲੇ ਵਧੇ ਨੇ ਜਲੰਧਰ ਦੇ ਵਿੱਚ ਜਿੰਨੇ ਵੀ ਸਾਡੇ ਸਕੂਲ ਆਫ ਫੈਮਿਨੈਂਸ ਬਣ ਰਹੇ ਨੇ ਉਹਨਾਂ ਦੇ ਵਿੱਚ ਪੀ ਡਬਲਯੂ ਡੀ ਦਾ ਜਿਹੜਾ ਕੰਮ ਹੈ ਡਿਜ਼ਾਈਨਸ ਤਿਆਰ ਹੋ ਚੁੱਕੇ ਨੇ ਤੇ ਇਸੇ ਮਹੀਨੇ ਉਹਨਾਂ ਚ ਕੰਸਟਰਕਸ਼ਨ ਵਰਕ ਸ਼ੁਰੂ ਹੋ ਜਾਊਗਾ ਬਹੁਤੇ ਸਕੂਲਾਂ ਦੇ ਵਿੱਚ ਜਿਹੜਾ ਹੈ ਅਸੀਂ ਜਿਹੜੀ ਜਿੱਥੇ ਮੇਜਰ ਵਰਕ ਨਹੀਂ ਹੋਣਾ ਉਹ 5 ਅਗਸਤ ਅਸੀਂ ਤਿਆਰ ਕਰਕੇ ਦੇ ਦਾਂਗੇ